ਸੰਬੰਧਿਤ ਵੈਰੀ ਵੈਰੀ ਇੰਪੋਰਟੈਂਟ ਲੈਕਚਰ ਹੋਊਗਾ ਜਿਹਦਾ ਆਪਣਾ ਸੋ ਦੋਸਤੋ ਸਮਾਜ ਦੇ ਵਿੱਚ ਮਾਡਰਨ ਹਿਸਟਰੀ ਦੇ ਨਾਲ ਸੰਬੰਧਿਤ ਹੈ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਫੈਲੀਆਂ ਹੋਈਆਂ ਸੀ ਉਹ ਕ੍ਰੀਤੀਆਂ ਦਾ ਅੰਤ ਕਰਨ ਦੇ ਲਈ ਮਹਾਨ ਕ੍ਰਾਂਤੀਆਂ ਕੀਤੀਆਂ ਮਹਾਨ ਵਿਅਕਤੀਆਂ ਨੇ ਮਹਾਨ ਪਰਸਨੈਲਿਟੀਆਂ ਜਿਹੜੇ ਹੈਗੇ ਨੇ ਉਹਨਾਂ ਨੇ ਮਤਲਬ ਸਮਾਜ ਸੁਧਾਰ ਵਾਸਤੇ ਚੰਗੇ ਅੰਦੋਲਨ ਚਲਾਏ ਚੰਗੀਆਂ ਸੰਸਥਾਵਾਂ ਬਣਾਈਆਂ ਚੰਗੇ ਮਤਲਬ ਉਹਨਾਂ ਨੇ ਸਮਾਜ ਦੇ ਵਿੱਚ ਕ੍ਰੀਤੀਆਂ ਨੂੰ ਕ੍ਰੀਤੀਆਂ ਅੰਤ ਕਰਨ ਲਈ ਚੰਗੇ-ਚੰਗੇ ਕਾਨੂੰਨ ਮਤਲਬ ਬਣਾਉਣ ਦੀ ਪੇਸ਼ਕਸ਼ ਕੀਤੀ ਸੋ ਦਬਾਅ ਪਾਇਆ ਸਰਕਾਰ ਤੇ ਸੋ ਉਹਨਾਂ ਦੇ ਨਾਲ ਸੰਬੰਧਤ ਉਹਨਾਂ ਨੇ ਕਿਹੜੀਆਂ ਸਮਾਜ ਸਿਰਜਿਆ ਕਿਹੜੇ ਅੰਦੋਲਨ ਪੈਦਾ ਕੀਤੇ ਕਦੋਂ ਕੀਤੇ ਕਿੱਥੇ-ਕਿੱਥੇ ਇਹ ਅੰਦੋਲਨ ਚਲਾਏ ਜਾਂ ਸੰਸਥਾਵਾਂ ਬਣਾਈਆਂ ਉਹਨਾਂ ਦੇ ਨਾਲ ਸੰਬੰਧਤ ਅੱਜ ਦਾ ਆਪਣਾ ਇਹ ਲੈਕਚਰ ਹੋਊਗਾ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਹੜੇ ਸਾਥੀਆਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾ ਲਓ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਪ੍ਰਸ਼ਨ ਤੁਹਾਡਾ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਅੱਜ ਆਪਾਂ ਜਿਆਦਾ ਪ੍ਰਸ਼ਨ ਕਰਾਵਾਂਗੇ ਤੇ ਇਹਦੇ ਫੈਕਟ ਵੀ ਹਰ ਚੀਜ਼ ਆਪਾਂ ਟਾਈਪ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬ੍ਰਹਮਾ ਸਮਾਜ ਕਦੋਂ ਸਥਾਪਿਤ ਹੋਇਆ ਸੋ ਸਮਾਜ ਨੂੰ ਸੁਧਾਰਨ ਵਾਸਤੇ ਹਿੰਦੂ ਧਰਮ ਦੇ ਨਾਲ ਸੰਬੰਧਤ ਇਹ ਸਮਾਜ ਸੀਗਾ ਜੀ ਬ੍ਰਹਮਾ ਸਮਾਜ 1828 ਦੇ ਵਿੱਚ ਇਹ ਸਥਾਪਿਤ ਹੋਇਆ ਕਿਹਨੇ ਸਥਾਪਿਤ ਕੀਤਾ ਕਿੱਥੇ ਸਥਾਪਿਤ ਹੋਇਆ ਇਹ ਸਾਰੀਆਂ ਗੱਪਾਂ ਕਰਦੇ ਆਂ ਜੁੜੇ ਰਹੋ ਵੀਡੀਓ ਦੇ ਨਾਲ ਬਰਮਾ ਸਮਾਜ ਵੈਰੀ ਇੰਪੋਰਟੈਂਟ ਆ ਜੀ ਕਦੋਂ ਸਥਾਪਿਤ ਹੋਇਆ 1828 ਦੇ ਵਿੱਚ ਅਗਲਾ ਦੇਖਦੇ ਆਂ ਜੀ ਬਰਮਾ ਸਮਾਜ ਦੀ ਸਥਾਪਨਾ ਕਿਸ ਨੇ ਅਤੇ ਕਿੱਥੇ ਕੀਤੀ ਸੋ ਇਹ ਕਲਕੱਤਾ ਦੇ ਵਿੱਚ ਹੋਈ ਇਹ ਸਮਾਜ ਦੀ ਸਥਾਪਨਾ 1828 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਕੀਤੀ ਰਾਜਾ ਰਾਮ ਮੋਹਨ ਰਾਏ ਵੈਰੀ ਇੰਪੋਰਟੈਂਟ ਕਰੈਕਟਰ ਸੀਗਾ ਜੀ ਉਸ ਸਮੇਂ ਦਾ ਸੋ ਇਹ ਚੰਗਾ ਪੜਿਆ ਲਿਖਿਆ ਵਿਅਕਤੀ ਸੀ ਬਹੁਤ ਸਾਰੇ ਕਾਨੂੰਨ ਬਣਵਾਏ ਸੀ ਇਹਨੇ ਆ ਲੋਕਾਂ ਦੇ ਭਲੇ ਦੇ ਲਈ ਸਮਾਜ ਦੀਆਂ ਕ੍ਰੀਤੀਆਂ ਦਾ ਅੰਤ ਕਰਨ ਦੇ ਲਈ ਸਤੀ ਪ੍ਰਥਾ ਦਾ ਅੰਤ ਕਰਨ ਦੇ ਲਈ ਇਹਨੇ ਬਹੁਤ ਜ਼ੋਰ ਪਾਇਆ ਸੀ ਇਹ ਵੱਡੀ ਪ੍ਰਾਪਤੀ ਸੀ ਅਸੀਂ ਰਾਜਾ ਰਾਮ ਮੋਹਨ ਰਾਏ ਜੀ ਨੇ ਕਾਲਜ ਵਗੈਰਾ ਵੀ ਬਣਵਾਏ ਸਿੱਖਿਆ ਨੂੰ ਵੀ ਪਹਿਲ ਦਿੱਤੀ ਹੈ ਨੇ ਸੋ ਅਗਲਾ ਪ੍ਰਸ਼ਨ ਦੇਖਦੇ ਹਾਂ ਆਧੁਨਿਕ ਭਾਰਤ ਵਿੱਚ ਹਿੰਦੂ ਧਰਮ ਨੂੰ ਸੁਧਾਰਨ ਲਈ ਇਹ ਪਹਿਲਾ ਅੰਦੋਲਨ ਸੀ ਬ੍ਰਹਮੋ ਸਮਾਜ ਜਿਹੜਾ ਬ੍ਰਹਮੋ ਸਮਾਜ ਨਾਂ ਦਾ ਜਿਹੜਾ ਅੰਦੋਲਨ ਸੀ ਇਹ ਹਿੰਦੂ ਧਰਮ ਅਧ ਨੂੰ ਇੱਕ ਹਿਸਟਰੀ ਲਿਖਿਆ ਹੈ ਨਾ ਇਹ ਇੰਦੂਰੀਕ ਭਾਰਤ ਮਤਲਬ ਇਸ ਸਮੇਂ ਦਾ ਹਿੰਦੂ ਧਰਮ ਨੂੰ ਸੁਧਾਰਨ ਲਈ ਪਹਿਲਾ ਅੰਦੋਲਨ ਸੀ ਜੀ ਧਿਆਨ ਚ ਰੱਖਣਾ ਗੱਲ ਨੂੰ ਜੋੜ ਲਿਓ 1828 ਦੇ ਵਿੱਚ ਇਹਦੀ ਸਥਾਪਨਾ ਹੋਈ ਕਿਹਨੇ ਕੀਤੀ ਰਾਜਾਰਾਮ ਮੋਨ ਰਾਏ ਨੇ ਕਿੱਥੇ ਕੀਤੀ ਕਲਕੱਤਾ ਦੇ ਵਿੱਚ ਇਹ ਬ੍ਰਹਮੋ ਸਮਾਜ ਦਾ ਸਥਾਪਨਾ ਤੋਂ ਬਾਅਦ ਇਹਦੇ ਵਿਰੋਧ ਵੀ ਬਹੁਤ ਹੋਇਆ ਸੀ ਪਰ ਇਹ ਹਿੰਦੂ ਧਰਮ ਨੂੰ ਸੁਧਾਰਨ ਵਾਲਾ ਇੱਕ ਪਹਿਲਾ ਅੰਦੋਲਨ ਸੀਗਾ ਰਾਜਾਰਾਮ 모ਹਨ ਰਾਏ ਦੁਆਰਾ ਚਲਾਇਆ ਗਿਆ ਸੋ ਅੱਗੇ ਦੇਖਦੇ ਹਾਂ ਜੀ ਜੋ ਬ੍ਰਹਮੋ ਸਮਾਜ ਦਾ ਵਿਰੋਧੀ ਸੰਗਠਨ ਸੀ ਜਿਸ ਨੇ ਸਤੀ ਪ੍ਰਥਾ ਤੇ ਹੋਰ ਸੁਧਾਰਾਂ ਦਾ ਵਿਰੋਧ ਕੀਤਾ ਸੋ ਦੇਖੋ ਗੱਲ ਜੁੜਦੀ ਹੈ ਨਾਲ ਬ੍ਰਹਮੋ ਸਮਾਜ ਪੈਦਾ ਹੋਇਆ ਇਹ ਅੰਦੋਲਨ ਇਹ ਸੰਸਥਾ ਬਣੀ ਰਾਜਾਰਾਮ ਮੋਨਰਾਏ ਨੇ ਬਣਾਈ 1828 ਚ ਕਲਕੱਤੇ ਚ ਪਰ ਇਹਦੇ ਵਿਰੋਧ ਦੇ ਵਿੱਚ ਵੀ ਇੱਕ ਸੰਗਠਨ ਬਣਿਆ ਸੀਗਾ ਜਿਹਦਾ ਨਾਂ ਸੀ ਧਰਮ ਸਭਾ ਇਹ ਬੰਦੇ ਦੇਖ ਲੋ ਅਜੀਬ ਸੀ ਜਦੋਂ ਇਹਨੇ ਸਤੀ ਪ੍ਰਥਾ ਦਾ ਅੰਤ ਕਰਵਾਉਣ ਲਈ ਕਾਨੂੰਨ ਬਣਵਾਤਾ ਸੀ ਰਾਜਾਰਾਮ ਮੋਨਰਾਏ ਨੇ ਤਾਂ ਇਹਨਾਂ ਨੇ ਆ ਧਰਮ ਸਭਾ ਵਾਲਿਆਂ ਨੇ ਵਿਰੋਧ ਕੀਤਾ ਕਿ ਇਹ ਕਿਉਂਕਿ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਪੜਦੇ ਰਹੇ ਹਾਂ ਭਾਰਤ ਦੇ ਵਿੱਚ ਸਰਮਾਇਆ ਬਹੁਤ ਭਾਰਤ ਨੂੰ ਮਤਲਬ ਸੋਨੇ ਦੀ ਚਿੜੀ ਐਵੇਂ ਨਹੀਂ ਕਿਹਾ ਜਾਂਦਾ ਸੀਗਾ ਵੀ ਇੱਥੇ ਸਰਮਾਇਆ ਬਹੁਤ ਸੀਖਣਿੰਜ ਇੱਥੇ ਮਤਲਬ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ ਹਰ ਤਰ੍ਹਾਂ ਦੀ ਜਲਵਾਜੂ ਹੈ ਭਾਰਤ ਦੇ ਵਿੱਚ ਪਰ ਇੱਥੇ ਰੂੜੀਵਾਦੀ ਸਿਸਟਮ ਸੀ ਹੁਣ ਤੁਸੀਂ ਇੱਥੋਂ ਦੇਖ ਸਕਦੇ ਹੋ ਵੀ ਸਤੀ ਪ੍ਰਥਾ ਦਾ ਅੰਤ ਕਰਵਾਤਾ ਇੱਕ ਬੰਦੇ ਨੇ ਆ ਜਿਹੜਾ ਸੰਗਠਨ ਸੀਗਾ ਧਰਮ ਸਭਾ ਵਾਲਾ ਧਰਮ ਸਭਾ ਵਾਲਾ ਸੰਗਠਨ ਸੀ ਜਿਹੜਾ ਇਹ ਕਹਿੰਦੇ ਵੀ ਸਤੀ ਪ੍ਰਥਾ ਦਾ ਅੰਤ ਹੋਣਾ ਨਹੀਂ ਚਾਹੀਦਾ ਇਹ ਜਿਹੜਾ ਸਤੀ ਪ੍ਰਥਾ ਦੇ ਵਿੱਚ ਸੁਧਾਰ ਹੋ ਗਿਆ ਜਾਂ ਹੋਰ ਸੁਧਾਰ ਹੋ ਗਏ ਗਲਤ ਹੋ ਗਏ ਕਹਿੰਦੇ ਸਾਡੇ ਸਭਿਆਚਾਰ ਦੇ ਖਿਲਾਫ ਹੈ। ਸੋ ਆਪਣਾ ਦੇਸ ਇੱਥੇ ਜੀ ਫਿਰਦਾ ਸੀਗਾ ਜੀ ਉਹਨਾਂ ਟਾਈਮਾਂ ਚ ਅੱਜ ਕੱਲ ਵੀ ਫਿਰਦਾ ਹੈ। ਸੋ ਆਪਾਂ ਆਪਣੇ ਵਿਸ਼ੇ ਵੱਲ ਵਧਦੇ ਆ ਅੱਗੇ ਦੇਖਦੇ ਆ ਅਗਲਾ ਪ੍ਰਸ਼ਨ ਦੇਖਦੇ ਆ 5 ਨੰਬਰ ਜੀ। ਧਰਮ ਸਭਾ ਦੇ ਸੰਸਥਾਪਕ ਕੌਣ ਸੀ? ਜਿਹੜੇ ਮਤਲਬ ਰਾਜਾ ਰਾਮ ਮੋਹਨ ਰਾਏ ਦੇ ਖਿਲਾਫ ਸੀਗੇ, ਬ੍ਰਹਮੋ ਸਮਾਜ ਦੇ ਖਿਲਾਫ ਸੀਗੇ। ਮਤਲਬ ਸਮਾਜ ਦੇ ਵਿੱਚ ਕ੍ਰਿਤਿਆਾਂ ਦੇ ਅੰਤ ਦਾ ਜਿਹੜਾ ਅੰਤ ਹੋ ਰਿਹਾ ਸੀ, ਜਿਹੜਾ ਸੁਧਾਰ ਹੋ ਰਿਹਾ ਸੀ ਉਹਦੇ ਖਿਲਾਫ ਸੀ ਜਿਹੜੇ ਲੋਕ। ਉਹ ਧਰਮ ਸਭ ਉਨ੍ਹਾਂ ਦਾ ਜਿਹੜਾ ਸੰਸਤਾਪਕ ਸੀ ਉਹ ਸੀ ਰਾਧਾ ਕਾਂਤ ਦੇਵ ਅੱਗੇ ਦੇਖਦੇ ਹਾਂ ਜੀ ਸਤੀ ਪ੍ਰਥਾ ਕਦੋਂ ਖਤਮ ਹੋਈ ਸੋ 1829 ਦੇ ਵਿੱਚ ਕਾਨੂੰਨ ਬਣ ਗਿਆ ਸੀ 1828 ਦੇ ਵਿੱਚ ਕੋਸ਼ਨਾ ਕਰ ਦਿੱਤੀ ਸੀ ਬਿਲੀਅਮ ਬੈਟਕ ਨੇ ਇਹਤੇ ਦਬਾਅ ਪਾਇਆ ਸੀ ਰਾਜਾ ਰਾਮ ਮੂਨ ਰਾਏ ਨੇ ਕਿਉਂ ਪਾਇਆ ਸੀ ਮੈਂ ਤੁਹਾਨੂੰ ਪਹਿਲਾਂ ਬਹੁਤ ਵਾਰੀ ਦੱਸਿਆ ਹੈ ਰਾਜਾ ਰਾਮ ਮੂਨ ਰਾਏ ਦੀ ਜਿਹੜੀ ਜਿਹੜਾ ਭਰਾ ਸੀ ਉਹਦੀ ਡੈਥ ਹੋ ਗਈ ਪੜਿਆ ਲਿਖੇ ਫੈਮਲੀ ਸੀ ਸਾਰੀ ਤਾ ਉਹ ਉਸ ਸਮਾਜ ਨੇ ਇਹਨਾਂ ਦੇ ਸਮਾਜ ਨੇ ਪੜ੍ਹੀ ਲਿਖੀ ਫੈਮਲੀ ਦੇ ਵਿੱਚ ਵੀ ਉਹ ਸੱਭਿਆਚਾਰ ਨੂੰ ਪੇਸ਼ ਕੀਤਾ ਸਤੀ ਪ੍ਰਥਾਲੇ ਨੂੰ ਉਹਦੀ ਮਤਲਬ ਪਰਜਾਈ ਨੂੰ ਨਸ਼ੇ-ਨੁਸ਼ੇ ਦੇ ਕੇ ਉਹਦੀ ਚਿਖਾ ਦੇ ਵਿੱਚ ਜਲਾ ਦਿੱਤਾ ਸਤੀ ਕਰ ਦਿੱਤਾ ਤੁਸੀਂ ਸਮਝ ਗਏ ਗੱਲ ਨੂੰ 1828 ਦੇ ਵਿੱਚ ਤਾਂ ਫਿਰ ਰਾਜਾ ਰਾਮ ਮੋਹਨ ਰਾਏ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹ ਜੀ ਪ੍ਰਥਾ ਦਾ ਅੰਤ ਹੋਣਾ ਚਾਹੀਦਾ ਹੈ ਬਿਲਿਅਮ ਬੈਟਕ ਤੋਂ ਨੇ ਇਹ ਪ੍ਰਥਾ ਦਾ ਕਾਨੂੰਨ ਬਣਵਾ ਦਿੱਤਾ ਬੰਦ ਕਰਨ ਵਾਸਤੇ ਅਗਲਾ ਦੇਖਦੇ ਹਾਂ ਜੀ ਛਤੀ ਪ੍ਰਥਾ ਦੇ ਅੰਤ ਵਿੱਚ ਜਿਸ ਨੇ ਕੋਸ਼ਿਸ਼ ਸਭ ਤੋਂ ਵੱਧ ਕੀਤੀ ਹੈ ਰਾਜਾ ਰਾਮ ਹੁਨਰਾਏ ਪਾ ਤੁਹਾਨੂੰ ਦੱਸ ਚੁੱਕੇ ਹਾਂ ਜਦੋਂ ਆਰੀਆ ਸਮਾਜ ਦੀ ਸਥਾਪਨਾ ਉਹੀ 1875 ਦੇ ਵਿੱਚ ਬੈਰੀ ਇੰਪੋਰਟੈਂਟ ਆ ਜੀ ਮੁੰਬਈ ਦੇ ਵਿੱਚ ਹੋਈ ਆਰੀਆ ਸਮਾਜ ਦੀ ਸਥਾਪਨਾ 1875 ਦੇ ਵਿੱਚ ਹੋਈ ਅਗਲਾ ਦੇਖਦੇ ਹਾਂ ਜੀ ਆਰੀਆ ਸਮਾਜ ਦੀ ਸਥਾਪਨਾ ਕੀਤੀ ਕਿਹਨੇ Swami Dayanand Saraswati ਨੇ Swami Dayanand Saraswati ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ 1875 ਦੇ ਵਿੱਚ ਮੁੰਬਈ ਦੇ ਵਿੱਚ ਦੋ ਤਿੰਨ ਗੱਲਾਂ ਤੁਸੀਂ ਨੋਟ ਰੱਖਿਓ ਆਰੀਆ ਸਮਾਜ ਕਿਸ ਦੇ ਵਿਰੁੱਧ ਸੀ ਆਹ ਵੈਰੀ ਇੰਪੋਰਟੈਂਟ ਆ ਜੀ ਧਿਆਨ ਚ ਰੱਖਿਓ ਆਰੀਆ ਸਮਾਜ ਕਈ ਵਾਰ ਅਸੀਂ ਨਾ ਇੰਨਾਂ ਚੀਜ਼ਾਂ ਨੂੰ ਜਿਹੜੇ ਕੋਈ ਚੱਲੇ ਸੀ ਅੰਦੋਲਨ ਸਭਾਵਾਂ ਬਣੀਆਂ ਸੀ ਇਹਨਾਂ ਨੂੰ ਸਿੱਧਾ ਸੀ ਧਰਮ ਨਾਲ ਜੋੜ ਲੈਣੇ ਪਰ ਇਹ ਸਾਰੀਆਂ ਚੀਜ਼ਾਂ ਧਰਮ ਨਾਲ ਨਹੀਂ ਜੁੜੀਆਂ ਹੁੰਦੀਆਂ ਇਹ ਤਾਂ ਸਮਾਜ ਦੀ ਧਰਮਕ ਰਸਮਾਂ ਤੇ ਪੂਰਤੀ ਪੂਜਾ ਦਾ ਵਿਰੋਧ ਕਰਦੀ ਸੀ ਕੁਝ ਸੰਸਥਾਵਾਂ ਇਹ ਜੀਆਂ ਵੀ ਬਣੀਆਂ ਸੀ ਜਿਹੜੀਆਂ ਸਿੱਧਾ ਸਮਾਜ ਨੂੰ ਮਤਲਬ ਸੁਧਾਰਨਾ ਚਾਹੁੰਦੀਆਂ ਸੀ ਉਹ ਧਰਮ ਦੇ ਨਾਲ ਰਿਲੇਟਡ ਨਹੀਂ ਸੀਗੀਆਂ ਪਰ ਆਪਣਾ ਹਿੰਦੁਸਤਾਨ ਦੇਸ਼ ਭਾਰਤ ਇਦਾਂ ਦਾ ਵੀ ਜਿਹੜੇ ਸੁਧਾਰ ਵਾਲੀਆਂ ਗੱਲਾਂ ਨੇ ਨਾ ਟਰਸਟ ਵਗੈਰਾ ਜਾਂ ਹੋਰ ਜੁੜਾ ਵੀ ਆ ਉਹ ਧਰਮ ਨਾਲ ਵੱਧ ਜੁੜੇ ਹੋਏ ਨਹੀਂ ਪਤਾ ਨਹੀਂ ਕੀ ਗੱਲ ਹੈ ਸੋ ਆਰੀਆ ਸਮਾਜ ਕਿਹਦੇ ਵਿਰੁੱਧ ਸੀ ਜੀ ਧਰਮਿਕ ਰਸਮਾਂ ਦੇ ਵਿਰੁੱਧ ਸੀਗਾ ਪੂਰਤੀ ਮੂਰਤੀ ਪੂਜਾ ਦੇ ਵਿਰੁੱਧ ਸੀ ਬਸ ਉਹ ਮਤਲਬ ਕੁਦਰਤ ਦੇ ਨਿਯਮਾਂ ਨੂੰ ਮੰਨਦਾ ਸੀ ਇਹ 1875 ਦੇ ਵਿੱਚ ਮੁੰਬਈ 'ਚ ਸਥਾਪਨਾ ਕੀਤੀ ਦਿਆਨੰਦ ਸਰਸਵਤੀ ਨੇ 19ਵੀਂ ਸਦੀ ਵਿੱਚ ਰਾਜਾਰਾਮ ਮੋਨ ਰਾਏ ਬੈਰੀ ਬੈਰੀ ਇਪੋਰਟੈਂਟ ਹੈ ਜੀ ਰਾਜਾਰਾਮ ਮੋਨ ਰਾਏ ਨੂੰ ਨਾ ਆਧੁਨਿਕ ਭਾਰਤ ਦਾ ਪਿਤਾਮਾ ਮੰਨਿਆ ਜਾਂਦਾ ਹੈ ਇੱਥੇ ਗੱਲ ਉਸੇ ਨਾਲ ਰਿਲੇਟ ਹੈ ਜਿਸ ਨੂੰ ਭਾਰਤੀ ਪੁਨਰ ਜਾਗਰਨ ਦਾ ਪਿਤਾ ਮੰਨਿਆ ਜਾਂਦਾ ਹੈ 19ਵੀਂ ਸਦੀ ਮਤਲਬ ਮਾਡਰਨ ਹਿਸਟਰੀ ਆਧੁਨਿਕ ਯੁੱਗ ਹੈ ਨਾ 19ਵੀਂ ਸਦੀ ਇਹਦਾ ਮਤਲਬ ਜਿਸ ਨੂੰ ਭਾਰਤੀ ਪੁਨਰ ਜਾਗਰਨ ਦਾ ਪਿਤਾ ਮੰਨਿਆ ਜਾਂਦਾ ਕਿਹਨੂੰ ਰਾਜਾਰਾਮ ਮੋਨ ਰਾਏ ਨੂੰ ਸਿੱਧਾ ਸਿੱਧਾ ਪ੍ਰਸ਼ਨ ਵੀ ਆ ਜਾਂਦਾ ਕਈ ਵਾਰ ਵੀ ਆਧੁਨਿਕ ਭਾਰਤ ਦਾ ਪਿਤਾਮਾ ਕਿਹਨੂੰ ਮੰਨਿਆ ਜਾਂਦਾ ਹੈ ਰਾਜਾਰਾਮ ਮੋਹਨ ਰਾਏ ਨੂੰ ਇਥੋਂ ਤੁਸੀਂ ਰਿਲੇਟ ਕਰਕੇ ਗੱਲ ਯਾਦ ਰੱਖਿਓ ਰਾਜਾਰਾਮ ਮੋਹਨ ਰਾਏ ਦਾ ਜਨਮ ਕਿੱਥੇ ਹੋਇਆ ਜੀ ਰਾਧਨਗਰ ਜ਼ਿਲ੍ਹਾ ਬਰਦਮਾਨ ਸੋ ਰਾਧਨਗਰ ਰਾਧਾ ਨਗਰ ਹੋਊਗਾ ਇਹ ਥੋੜਾ ਜਿਹਾ ਕੱਟਿਆ ਨਾਂ ਗਿਆ ਹੋਵੇ ਰਾਧਾ ਨਗਰ ਜ਼ਿਲ੍ਹਾ ਬਰਦਮਾਨ ਰਾਜਾਰਾਮ ਮੋਹਨ ਰਾਏ ਦਾ ਜਨਮ ਹੋਇਆ ਜੀ ਵੈਰੀ ਇੰਪੋਰਟੈਂਟ ਕਰੈਕਟਰ ਰਿਹਾ ਹੋਇਆ ਜੀ ਕਿਵੇਂ ਨਾ ਕਿਵੇਂ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਆਇਆ ਇਹਨੂੰ ਰਾਜਾ ਦੀ ਉਪਾਧੀ ਦਿੱਤੀ ਹੋਈ ਸੀ ਅਕਬਰ ਨੇ ਪਹਿਲਾ ਅਕਬਰ ਨਹੀਂ ਹਮਾਇੂ ਦੇ ਮੁੰਡਾ ਜਿਹੜਾ ਅਕਬਰ ਹੈ ਉਹਨੇ ਨਹੀਂ ਦਿੱਤੀ ਸੀ ਇੱਕ ਦੂਜਾ ਅਕਬਰ ਹੋਇਆ ਸੀ ਅਕਬਰ 2 ਉਹਨੇ ਇਹਨੂੰ ਰਾਜਾ ਦੀ ਉਪਾਧੀ ਦਿੱਤੀ ਸੀ ਅਗਲਾ ਪ੍ਰਸ਼ਨ ਦੇਖਦੇ ਹਾਂ Swami Dayanand Saraswati ਮੂਰ ਸੰਕਰ ਦਾ ਅਸਲ ਨਾਮ ਕੀ ਸੀ ਜਿਸਨੇ ਰਾਜਾ ਰਾਮ ਮੋਨ ਰਾਏ ਦੇ ਇੰਗਲੈਂਡ ਜਾਣ ਤੋਂ ਬਾਅਦ ਬ੍ਰਹਮੋ ਸਮਾਜ ਦੀ ਬਾਂਗ ਡੋਰ ਸੰਭਾਲੀ ਪਹਿਲੀ ਗੱਲ ਤਾਂ ਇਹ ਹੈ ਵੀ ਰਾਜਾ ਰਾਮ ਮੋਨ ਰਾਏ ਇੰਗਲੈਂਡ ਚਲਾ ਗਿਆ ਸੀ ਕੁਦਰਤੀ ਕਿਸੇ ਕਾਰਨ ਕਰਕੇ ਦੀ ਉੱਥੇ ਹੀ ਡੈਥ ਹੋ ਗਈ ਸੀ ਰਾਜਾ ਰਾਮ ਮੋਨ ਰਾਏ ਦੀ ਜਦੋਂ ਇਹ ਉੱਥੇ ਚਲਾ ਗਿਆ ਤਾ ਮਤਲਬ ਉਸ ਤੋਂ ਬਾਅਦ ਬ੍ਰਹਮੋ ਸਮਾਜ ਜਿਹੜਾ ਰਾਜਾਰਾਮ ਮੋਹਨ ਰਾਏ ਨੇ ਬਣਾਇਆ ਸੀ 1828 ਚ ਕਲਕੱਤੇ ਦੇ ਵਿੱਚ ਉਹਦੀ ਬਾਂਗਡੋਰ ਆ ਰਾਮਚੰਦ ਵਿਦਿਆ ਵਿਧਵਾਗੀਸ ਥੋੜਾ ਔਖਾ ਜਿਹਾ ਨਾਮ ਹੈ ਇਹਨੇ ਸੰਭਾਲੀ ਉਸ ਤੋਂ ਬਾਅਦ ਆ ਰਾਮਚੰਦ ਵਿਧਵਾਗੀਸ ਅਗਲਾ ਦੇਖਦੇ ਆਂ ਜੀ 13 ਨੰਬਰ ਦੋਸਤੋ ਜਿਨ੍ਹਾਂ ਦੇ ਯਤਰਾ ਨਾਲ ਬ੍ਰਹਮੋ ਸਮਾਜ ਦੀਆਂ ਜੜਾਂ ਉੱਤਰ ਪ੍ਰਦੇਸ਼ ਪੰਜਾਬ ਅਤੇ ਮਦਰਾਸ ਵਿੱਚ ਫੈਲੀਆਂ ਕਿਸ਼ਵ ਚੰਦਰ ਸੈਨ ਵੈਰੀ ਇੰਪੋਰਟੈਂਟ ਆ ਜੀ ਇਹਨੇ ਬੜੇ ਸੁਧਾਰ ਕੀਤੇ ਸੀ ਕਿਸ਼ਵ ਚੰਦਰ ਸੈਨ ਦਾ ਜਿਹੜਾ ਰੋਲ ਹੈ ਸਮਾਜਿਕ ਕੁਰਿਤੀਆਂ ਨੂੰ ਖਤਮ ਕਰਨ ਦੇ ਵਿੱਚ ਬੜਾ ਵੱਡਾ ਰੋਲ ਹੈ ਇਹ ਇਹਦੇ ਯਤਨਾਂ ਦੇ ਨਾਲ ਹੀ ਬ੍ਰਹਮੋ ਸਮਾਜ ਸੀ ਜਿਹੜਾ ਉਹ ਦੀਆਂ ਉਹ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਵਿੱਚ ਮਦਰਾਸ ਚ ਇਹਨਾਂ ਥਾਵਾਂ ਤੇ ਫੈਲਿਆ ਸੀਗਾ ਕਿਸ ਨੇ 1815 ਈਸਵੀ ਚ ਕਲਕੱਤੇ ਵਿੱਚ ਆਤਮਾ ਸਭਿਆ ਦੀ ਸਥਾਪਨਾ ਕੀਤੀ 1815 ਦੇ ਵਿੱਚ ਇੱਕ ਆਤਮਿਆ ਸਭਾ ਬਣੀ ਸੀ ਜੀ ਉਹ ਵੀ ਰਾਜਾ ਰਾਮ ਮੋਹਨ ਰਾਏ ਨੇ ਬਣਾਈ ਸੀ 15 ਨੰਬਰ ਦੇਖਦੇ ਆ ਜੀ ਰਾਜਾਰਾਮ ਮੂਨ ਰਾਏ ਅਤੇ ਡੇਵਿਡ ਹੇਅਰ ਸੰਸਥਾ ਹਿੰਦੂ ਕਾਲਜ ਨਾਲ ਜੁੜੇ ਹੋਏ ਸੀ ਇਹ ਦੋਨੇ ਹਿੰਦੂ ਕਾਲਜ ਨਾਲ ਸੋ ਇਹ ਕਾਲਜ ਦੀ ਸਥਾਪਨਾ ਰਾਜਾਰਾਮ ਮੂਨ ਰਾਏ ਨੇ ਕੀਤੀ ਸੀਗੀ ਡੇਵਿਡ ਹੇਅਰ ਤੇ ਰਾਜਾਰਾਮ ਮੂਨ ਰਾਏ ਇਹ ਮਤਲਬ ਹਿੰਦੂ ਕਾਲਜ ਦੇ ਨਾਲ ਜੁੜੇ ਹੋਏ ਸੀ ਆ ਸੰਸਥਾ ਸੀਗੀ ਡੇਵਿਡ ਹੇਅਰ 17 ਨੰਬਰ ਦੇਖਦੇ ਆ ਥੀਸਿਓਫਿਕਸ ਥੋੜਾ ਖਾਨਾ ਹੈ ਥੀਓਸੋਫਿਕਲ ਸੁਸਾਇਟੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਨਿਊਯਾਰਕ ਦੇ ਵਿੱਚ 1875 ਦੇ ਵਿੱਚ 1875 ਦੇ ਵਿੱਚ ਸਥਾਪਿਤ ਕੀਤੀ ਜੀ ਇਹ ਭਾਰਤ ਵਿੱਚ ਥੀਓਸੋਫਿਕਲ ਸੁਸਾਇਟੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਗਈ ਸੋ ਭਾਰਤ ਦੇ ਵਿੱਚ ਪੁੱਛਿਆ ਗਿਆ ਜੀ 1882 ਦੇ ਵਿੱਚ ਅਡਾਇਰ ਮਦਰਾਸ ਦੇ ਵਿੱਚ ਵੈਰੀ ਇੰਪੋਰਟੈਂਟ ਆ ਜੀ ਇਹ ਅਗਲਾ ਦੇਖਦੇ ਹਾਂ 18 ਨੰਬਰ ਦੀ ਜਿਸ ਨੇ ਸਤਿਆਰਥ ਪ੍ਰਕਾਸ਼ ਦੀ ਰਚਨਾ ਕੀਤੀ ਵੈਰੀ ਵੈਰੀ ਇੰਪੋਰਟੈਂਟ ਆਹ ਕਥਾਵ ਲਿਖੀ ਸੀ ਜੀ ਇਹਨੇ ਰਚਨਾ ਕੀਤੀ ਸੀ ਦਿਆਨੰਦ ਸਰਸਵਤੀ ਨੇ ਜੀਨੇ 1875 ਦੇ ਵਿੱਚ ਮਤਲਬ ਆਰੀਆ ਸਮਾਜ ਦੀ ਸਥਾਪਨਾ ਕੀਤੀ ਕਿਹਨੇ ਦਿਆਨੰਦ ਸਰਸਵਤੀ ਨੇ ਸੋ ਇਸੇ ਤਰ੍ਹਾਂ ਅਗਲਾ ਪ੍ਰਸ਼ਨ ਦੇਖਦੇ ਆਂ ਜਿਸ ਨੇ ਵੇਦਾਂ ਕੀ ਔਰ ਚਲੋ ਦਾ ਨਾਰਾ ਦਿੱਤਾ ਦਿਆਨੰਦ ਸਰਸਵਤੀ ਇਹ ਬੰਦੇ ਇਹ ਵੇਦਾਂ ਨੂੰ ਬਹੁਤ ਪੜਦਾ ਸੀ ਵੇਦਾਂ ਨੂੰ ਮੰਨਦਾ ਸੀ ਇਹਨੇ ਮਤਲਬ ਇੱਕ ਨਾਰਾ ਦਿੱਤਾ ਸੀ ਵੇਦਾਂ ਵੱਲ ਨੂੰ ਲੱਟੋ ਹਨਾ ਵੇਦੋਂ ਕੀ ਔਰ ਚਲੋ ਅਗਲਾ ਪ੍ਰਸ਼ਨ ਦੇਖਦੇ ਆਂ ਜਦੋਂ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਹੋਈ 1896-97 ਇਸਵੀ ਬੈਲੂਰ ਕਲਕੱਤਾ ਦੇ ਵਿੱਚ ਹੋਈ ਜੀ ਰਾਮਕ੍ਰਿਸ਼ਨ ਦੀ ਸਥਾਪਨਾ ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ 1896-97 ਦੇ ਵਿੱਚ ਜਿਸ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ Swami Vivekananda Swami Vivekananda ਨੇ ਰਾਮਾ ਕ੍ਰਿਸ਼ਨ ਦੀ ਸਥਾਪਨਾ ਕੀਤੀ ਕਿੱਥੇ ਕੀਤੀ 1896-97 ਵਿੱਚ ਬੈਲੂਰ ਕਲਕੱਤਾ ਵਿਖੇ ਕੀਤੀ Swami Vivekananda ਨੇ ਅਲੀਗੜ੍ਹ ਲੈਰ ਦੀ ਸ਼ੁਰੂਆਤ ਕਿਸ ਨੇ ਕੀਤੀ ਵੈਰੀ ਇੰਪੋਰਟੈਂਟ ਆ ਜੀ ਸਰ सय्यद अहमद ਖਾਨ ਇਹ ਬਹੁਤ ਕਹੰਡ ਬੰਦਾ ਸੀ ਇਹਨੇ ਵੀ ਨਾ ਅਲੀਗੜ੍ਹ ਪਹਿਲਾਂ ਤਾਂ ਸਕੂਲ ਬਣਾਇਆ ਫਿਰ ਇਹਨੇ ਅਲੀਗੜ੍ਹ ਉਸੇ ਸਕੂਲ ਨੂੰ ਕਾਲਜ ਬਣਾਇਆ ਫਿਰ ਇਹ 1920 ਦੇ ਵਿੱਚ ਉਹੀ ਕਾਲਜ ਇੱਕ ਵੱਡੀ ਯੂਨੀਵਰਸਿਟੀ ਬਣ ਕੇ ਅੱਜ ਖੜਾ ਹੈ ਸਾਹਮਣੇ ਤੇ ਲੱਖਾਂ ਬੱਚਿਆਂ ਨੂੰ ਸਿੱਖਿਆ ਦੇ ਰਹੀ ਹੈ ਇਹ ਯੂਨੀਵਰਸਿਟੀ ਸਰ सय्यद अहमद ਖਾਨ ਇਹ ਮੁਸਲਮਨ ਨੀਤਾ ਸੀ ਇਹਨੇ ਬਹੁਤ سارے ਕੰਮ ਕੀਤੇ ਸੀ ਸੋ ਦੋਸਤੋ ਇਸੇ ਲੜੀ ਦੇ ਤਹਿਤ ਆਪਾਂ ਇਹ ਸਾਰੇ ਅੰਦੋਲਨ ਵੀ ਤੁਹਾਨੂੰ ਪੜਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਆਪਾਂ ਬ੍ਰਹਮੋ ਸਮਾਜ ਸਮੇਂ ਵਿਵੇਕਾਨੰਦ ਆਰੀਆ ਸਮਾਜ ਥੋੜੀਆਂ ਬਹੁਤ ਥੋੜੀਆਂ ਗੱਲਾਂ ਕਰੀਏ ਅੰਦੋਲਨ ਦੇ ਬਾਰੇ ਵਿੱਚ ਆਪਾਂ ਵੱਡਾ ਇਹਨੂੰ ਲੇਕ ਲੰਬੇ ਤੌਰ ਤੇ ਲੈ ਕੇ ਜਾਵਾਂਗੇ ਜਿੰਨੇ ਅੰਦੋਲਨ ਜਿੰਨੀਆਂ ਕ੍ਰਾਂਤੀਆਂ ਹੋਈਆਂ ਸਮਾਜ ਸੁਧਾਰ ਦੀਆਂ ਉਹ ਸਾਰੇ ਤੁਹਾਨੂੰ ਕਵਰ ਕਰਾਵਾਂਗੇ ਕੰਟੀਨਿਊਜ ਇਹਦੇ ਵਿੱਚ ਰਹਾਂਗੇ ਆਪਾਂ ਜੁੜੇ ਹੋਏ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਦੋਸਤਾਂ ਨੇ ਆਪਾਂ ਨੂੰ ਜੀਕੇ ਦੇ ਨੋਟਸ ਲੈਣੇ ਆ ਪੰਜਾਬ ਪੁਲਿਸ ਕਾਂ